ਨਹੀਂ ਇਹਨਾਂ ਤੇ ਉਹ ਅਸੀਂ ਚਰਚ ਨਹੀਂ ਮੰਨਦੇ ਨਹੀਂ ਜੀ ਭਾਰੀ ਨੁਕਸਾਨ ਹੋਈ ਜਾਂਦਾ ਸਾਡਾ ਤੁਹਾਨੂੰ ਦੱਸਦੇ ਹਾਂ ਤੇ ਸਾਡੇ ਕਦੇ ਪਿੰਡਾਂ ਦੇ ਵਿੱਚ ਆਪਾਂ ਸੁਣਿਆ ਸੀ ਵੀ ਸਾਈਆਂ ਦਾ ਕੋਈ ਬੰਦਾ ਹੈਗਾ ਤੇ ਪਿੰਡਾਂ ਦੇ ਵਿੱਚ ਹੁਣ ਕਿੰਨੇ ਕਿੰਨੇ ਘਰ ਹੋ ਗਏ ਇਸ ਕਰਕੇ ਬੇਨਤੀ ਕਰਦੇ ਹਾਂ ਵੀਰ ਬਣ ਕੇ ਦੇਖੋ ਇਹ ਜਿਹੜਾ ਤੂੰ ਪਖੰਡਵਾਦ ਹੈ ਅਸੀਂ ਤਾਂ ਪਖੰਡ ਹੀ ਮੰਨਾਂਗੇ ਇਸ ਚੀਜ਼ ਨੂੰ ਅਸੀਂ ਨਹੀਂ ਆ ਦੇ ਇਸ ਚੀਜ਼ ਨੂੰ ਸਾਨੂੰ ਨਹੀਂ ਪਤਾ ਤੁਸੀਂ ਜਿਵੇਂ ਬਾਈ ਅੰਮ੍ਰਿਤਪਾਲ ਆ ਤਾਂ ਸਾਡੇ ਗੁਰੂਆਂ ਬਾਰੇ ਤੁਸੀਂ ਕੀ ਬੋਲਦੇ ਹੋ ਜਾਂ ਸਾਡੀ ਦੇਗ ਬਾਰੇ ਕੀ ਬੋਲਦੇ ਹੋ ਹਨਾ ਉਹ ਬਾਈ ਅੰਮ੍ਰਿਤਪਾਲ ਨੇ ਕਹਿਤੀਆਂ ਸੀ ਉਹ ਗੱਲਾਂ ਦੁਬਾਰੇ ਨਹੀਂ ਕਹਿਣੀਆਂ ਚਾਹੁੰਦੇ ਬੇਨਤੀ ਇਹ ਹੈ ਵੀ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਆਏ ਹਾਂ ਅੱਜ ਤੇ ਜੇ ਤੁਸੀਂ ਬਣਾਉਣੀ ਹੈ ਤਾਂ ਸਾਡਾ ਨੰਬਰ ਲਓ ਸਾਨੂੰ ਮੈਸੇਜ ਜ਼ਰੂਰ ਕਰਿਓ ਵੀ ਅਸੀਂ ਬਣਾਉਣ ਲੱਗੇ ਹੈ ਜੀ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਭਾਈ ਤੇ ਕੋਈ ਕਿਸੇ ਪ੍ਰਕਾਰ ਦਾ ਅਸੀਂ ਤੁਹਾਡੇ ਨਾਲ ਧੱਕਾ ਕਰਨ ਨਹੀਂ ਆਏ ਅਸੀਂ ਤੁਹਾਨੂੰ ਬੇਨਤੀ ਨਾਲ ਸਮਝਾਉਣੀ ਆਏ ਹਨਾ ਜੇ ਭਾਈ ਤੁਸੀਂ ਨਹੀਂ ਮੰਨਣਾ ਫਿਰ ਸਾਨੂੰ ਤੁਸੀਂ ਫੋਨ ਤੇ ਸਾਨੂੰ ਚੈਲੰਜ ਜ਼ਰੂਰ ਕਰ ਦਿਓ ਵੀ ਅਸੀਂ ਬਣਾਉਣ ਲੱਗੇ ਹਾਂ ਬਸ ਇੰਨੀ ਕੁ ਬੇਨਤੀ ਹੈ ਠੀਕ ਹੈ ਜੀ ਪਤਾ ਸਾਨੂੰ ਲੱਗ ਜੂਗਾ ਜੇ ਤੁਸੀਂ ਆਪਦੇ ਮੂੰਹ ਨਾਲ ਦੱਸ ਦੋਗੇ ਤਾਂ ਬਹੁਤ ਸੋਹਣੀ ਗੱਲ ਜੇ ਤੁਹਾਡੇ ਕਿਸੇ ਬੰਦੇ ਦੇ ਪਰਿਵਾਰ ਚ ਹੁੰਦਾ ਵੀ ਆਪਾਂ ਬਣਾਵਾਂਗੇ ਤਾਂ ਸਾਡੇ ਨਾਲ ਗੁਰਮਤਾ ਕਰਿਓ ਸਾਡਾ ਨੰਬਰ ਲੈ ਲਓ ਪਲੇਸਟ੍ਰਾਟ ਅਗਰ ਆਪ ਲੋਗ ਪ੍ਰਭੂ ਕੇ ਲੋਗੋ ਕੋ ਲੋਕੇਗਾ ਤਾਂ ਕੈਸੇ ਹੋਗਾ प्रभु का प्रचार तो चलते रहेगा कभी खत्म नहीं होगा और आमीन और मेरा चैनल को सब्सक्राइब कीजिए लाइक कीजिए और शेयर कीजिए कम से कम 10 आदमी से कीजिए शेयर आमीन।